ਦੇਖੋ ਥੋੜਾ ਬਹੁਤਾ ਤਾਂ ਪ੍ਰੈਸ਼ਰ ਹੁੰਦਾ ਹੀ ਆ, ਕਿਉਂਕਿ ਸਾਰਿਆਂ ਨੇ ਅਸੀਂ ਮਿਹਨਤ ਕੀਤੀ ਆ ਔਰ ਬਹੁਤ ਇਸ ਵਾਰ ਕਲੋਜ਼ ਜਿਹੜੇ ਕੰਟੈਸਟ ਆ, ਮਤਲਬ ਅਸੀਂ ਉਮੀਦ ਕਰ ਰਹੇ ਹਾਂ, ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜਾ ਕਲੋਜ਼ ਕੰਟੈਸਟ ਦੇ ਵਿੱਚ ਅਸੀਂ ਜਿੱਤਾਂਗੇ, ਚਾਹੇ ਮਾਰਜਨ ਮੈਨੂੰ ਲੱਗਦਾ ਬਹੁਤ ਜ਼ਿਆਦਾ ਨਹੀਂ ਹੋਣਾ, ਕਿਉਂਕਿ 9.5 ਲੱਖ ਵੋਟ ਪੋਲ ਹੋਈ ਆ ਅਤੇ 5 ਪਾਰਟੀਆਂ ਤਕਰੀਬਨ ਬਰਾਬਰ ਬਰਾਬਰ ਜਿਹੀ ਆ ਸਾਰੇ, ਇਸ ਕਰਕੇ ਸਾਨੂੰ ਵਧੀਆ ਰਿਜ਼ਲਟ ਦੀ ਉਮੀਦ ਹੈਗੀ ਅੱਜ। ਨਹੀਂ ਸਾਨੂੰ ਉਹਦਾ ਬੈਨੀਫਿਟ ਹੈਗਾ, ਕਿਉਂਕਿ ਜਿਹੜਾ ਸਾਡਾ ਕੇਡਰ ਆ ਉਹ ਜ਼ਿਆਦਾ ਸਾਰਾ ਭੁਗਤਿਆ ਆ, ਅਤੇ ਘੱਟ ਵੋਟਿੰਗ ਪਰਸੈਂਟੇਜ ਦਾ ਸਾਨੂੰ ਲੱਗਦਾ ਵੀ ਉਹਦਾ ਸਾਨੂੰ ਬੈਨੀਫਿਟ ਹੋਊਗਾ, ਕਿਉਂਕਿ ਜਿਹੜੀਆਂ ਜੇ ਵੋਟਿੰਗ ਘੱਟ ਹੋਈ ਆ ਜਾਂ ਭੁਗਤ ਨਹੀਂ ਸਕੀ, ਕਿਉਂਕਿ ਗਰਮੀ ਉਦਣ ਜ਼ਿਆਦਾ ਸੀਗੀ ਅਤੇ ਸਾਡਾ ਜ਼ਿਆਦਾਤਰ ਪੇਂਡੂ ਜਾਂ ਆਮ ਤਬਕਾ ਹੈਗਾ, ਤਾਂ ਉਹ ਗਰਮੀ ਵਿੱਚ ਵੀ ਭੁਗਤਿਆ, ਅਤੇ ਜੇ ਸਾਨੂੰ ਲੱਗਾ ਵੋਟਿੰਗ ਘੱਟ ਹੋਈ ਆ ਤਾਂ ਜਿਹੜੀਆਂ ਦੂਜੀ ਪਾਰਟੀਆਂ ਦੇ ਬੇਸ 'ਚੋਂ ਘੱਟ ਹੋਈ ਆ, ਤਾਂ ਉਹਦਾ ਸਾਨੂੰ ਲੱਗਦਾ ਵੀ ਉਹਦਾ ਫਾਇਦਾ ਹੋਏਗਾ। ਚਲੋ ਸਾਨੂੰ ਲੱਗਦਾ ਵੀ ਉਸ ਤੋਂ ਵੱਧ ਹੀ ਪਏਗੀ ਅਤੇ ਅਸੀਂ ਵਧੀਆ ਰਿਜ਼ਲਟ ਦੇਵਾਂਗੇ। ਇਸ ਵਾਰ 2,05,000 ਪਈ ਸੀ, ਉਸ ਤੋਂ ਬਾਅਦ ਵੀ ਅਸੀਂ ਮਿਹਨਤ ਕੀਤੀ ਆ, ਇਸ ਵਾਰ ਲੱਗਦਾ ਸਾਨੂੰ ਅਸੀਂ ਹੋਰ ਵਧੀਆ ਰਿਜ਼ਲਟ ਦੀ ਉਮੀਦ ਕਰਦੇ ਹਾਂ ਔਰ ਜਿੱਤ ਦੀ ਉਮੀਦ ਰੱਖਦੇ ਹਾਂ। ਚਲੋ ਘਰਦੇ ਦੇਖੋ ਹਮੇਸ਼ਾ ਇਹੀ ਸੋਚਦੇ ਹੁੰਦੇ ਆ, ਉਮੀਦ ਰੱਖਦੇ ਹੁੰਦੇ ਆ ਵੀ ਜਿੱਤੇ, ਹਰ ਪਰਿਵਾਰ ਇਹੀ ਚਾਹੁੰਦਾ ਆ ਵੀ ਉਹਨਾਂ ਦਾ ਫੈਮਿਲੀ ਮੈਂਬਰਸ ਅੱਗੇ ਵਧਣ, ਅਤੇ ਉਹ ਜਿੱਤ ਦੀ ਉਮੀਦ ਹੀ ਆ, ਸਾਰੇ ਇਹੀ ਉਮੀਦ ਕਰ ਰਹੇ ਆ। ਅਤੇ ਠੀਕ ਆ ਸਾਰੇ, ਹਾਂਜੀ ਅਰਦਾਸ ਤਾਂ ਦੇਖੋ ਚੰਗੇ ਦੇ ਲਈ ਕਰਨੀ ਹੁੰਦੀ ਆ, ਪਰ ਅਸੀਂ ਆਪਣੇ ਘਰਦਿਆਂ ਨੂੰ ਇਹੀ ਦੱਸੀਦਾ ਵੀ ਆਪਾਂ ਕੁਦਰਤ 'ਤੇ ਵੀ ਵਿਸ਼ਵਾਸ ਰੱਖਣਾ ਆ, ਅਤੇ ਇਸ ਕਰਕੇ ਉਹਨਾਂ ਨੇ ਜੋ ਬੈਸਟ ਹੈਗਾ, ਜੋ ਵਧੀਆ ਹੋ ਸਕਦਾ, ਜਿੱਤ ਹੋ ਸਕਦੀ, ਉਹਦੇ ਲਈ ਹੀ ਸਾਰਿਆਂ ਨੇ ਅਰਦਾਸ ਕੀਤੀ ਆ। ਪਰ ਇਹ ਆ ਵੀ ਚਲੋ ਬਾਕੀ ਵੀ ਜਿਹੜੇ ਕੰਟੈਸਟ ਕਰ ਰਹੇ ਉਹ ਵੀ ਆਪਣੇ ਸਾਰੇ ਭਰਾ ਹੀ ਆ, ਇੱਕ ਫੇਅਰ ਕੰਪੀਟੀਸ਼ਨ ਹੈਗਾ ਆ, ਅਤੇ ਕੋਈ ਨਹੀਂ ਜੋ ਵੀ ਜਿੱਦਾਂ ਵੀ ਕੁਦਰਤ ਦਾ ਹੈਗਾ, ਪਰ ਅਸੀਂ ਜਿੱਦਾਂ ਲੇਬਰ ਕੀਤੀ ਆ, ਸਾਡੇ ਵਰਕਰ ਨੇ ਮਿਹਨਤ ਕੀਤੀ ਆ, ਉਹਦੇ ਮੱਦੇ ਨਾਲ ਲੱਗਦਾ ਅਸੀਂ ਜਿੱਤਾਂਗੇ, ਲੋਕਾਂ ਦੇ ਇੰਟਰਸਟ ਦੇ ਵਿੱਚ ਜਿੱਤਾਂਗੇ।